ਪੁਲਿਸ ਲਾਈਨ ਫਿਰੋਜ਼ਪੁਰ ਵਿਖੇ ਇੱਕ ਵਿਸ਼ੇਸ਼ ਕੈਂਪ ਦਾ ਆਯੋਜਨ ਐਸਐਸਪੀ ਫਿਰੋਜ਼ਪੁਰ ਸੁਰਿੰਦਰ ਲਾਂਬਾ ਦੀ ਅਗਵਾਈ ਹੇਠਾਂ ਕੀਤਾ ਗਿਆ। ਇਸ ਕੈਂਪ ਦਾ ਮੁੱਖ ਮਕਸਦ ਇਨਸਾਫ ਨੂੰ ਹਰ ਆਮ ਨਾਗਰਿਕ ਦੀ ਪਹੁੰਚ ਵਿੱਚ ਕਰਨਾ ਸੀ। ਕੈਂਪ ਵਿੱਚ 427 ਮਾਮਲਿਆਂ ਚੋਂ 308 ਮਾਮਲਿਆਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ। ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ SSP ਮਿਸਟਰ ਸੁਰਿੰਦਰ ਲਾਂਬਾ ਇਹਨਾਂ ਨੇ ਇੱਕ ਬਹੁਤ ਹੀ ਉਪਰਾਲਾ ਕਰਕੇ ਇੱਕ ਕੰਪਲੇਂਟ ਡਿਸਪੋਜ਼ਲ ਕੈਂਪ ਔਰਗਨਾਈਜ਼ ਕੀਤਾ, ਜਿਹਦੇ ਵਿੱਚ ਸਾਰੇ ਹੀ ਸਬ ਡਿਵੀਜ਼ਨ ਦੇ ਗਜ਼ਟਡ ਆਫਿਸਰਸ ਪਲੱਸ ਜਿਹੜੇ ਜਿਹੜੇ ਪੁਲਿਸ ਸਟੇਸ਼ਨ ਦੇ ਇੰਚਾਰਜਿਸ ਸੀਗੇ ਉਹਨਾਂ ਨੂੰ ਇੱਥੇ ਕੈਂਪ ਦੇ ਰੂਪ ਦੇ ਵਿੱਚ ਔਰਗਨਾਈਜ਼ ਕੀਤਾ ਔਰ ਲਗਭਗ 300 ਤੋਂ ਵੱਧ ਜਿਹੜੇ ਆ ਕੰਪਲੇਂਟਸ ਪੈਂਡਿੰਗ ਸੀਗੀਆਂ ਉਹਨਾਂ ਪਾਰਟੀਜ਼ ਨੂੰ ਇੱਥੇ ਬੁਲਾਇਆ ਗਿਆ, ਉਹਨਾਂ ਨੂੰ ਸਾਰੀਆਂ ਉਹਨਾਂ ਦੀਆਂ ਕੰਪਲੇਂਟ ਨੂੰ ਵਾਚਿਆ ਗਿਆ ਔਰ ਉਹਨਾਂ ਨੂੰ ਪਹਿਲਾਂ ਹੀ ਇਨਫੋਰਮ ਕੀਤਾ ਗਿਆ ਕਿ ਅੱਜ ਇੱਥੇ ਕੈਂਪ ਲੱਗੇ ਹੈ ਅਤੇ ਤੁਸੀਂ ਜਿਹੜੇ ਹੈ ਉਹ ਆਪਣੇ ਡਾਕੂਮੈਂਟਸ ਜਾਂ ਜੋ ਵੀ ਉਹ ਲੈ ਕੇ ਆ। ਅਮੂਮਨ ਤੌਰ ਦੇ ਉੱਤੇ ਜਿਹੜੇ ਕੁਝ ਸਾਰੇ ਆ ਜਿਹੜੀਆਂ ਹੁੰਦੇ ਨੇ ਮਸਲੇ, ਜਿਵੇਂ ਕਿ ਮੈਟਰੀਮੋਨੀਅਲ ਇਸ਼ੂਜ਼ ਹੋ ਗਏ, ਕੁਝ ਛੋਟੇ ਛੋਟੇ ਭਰਾਵਾਂ ਦੇ ਝਗੜੇ ਹੋ ਗਏ, ਕੁਝ ਪ੍ਰੋਪਰਟੀ ਦੇ ਝਗੜੇ ਹੋ ਗਏ, ਉਹ ਜਿਹੜੇ ਹੈ ਉਹ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਸਾਡੇ ਆਫਿਸਰਸ ਗੱਲਬਾਤ ਕਰਦੇ ਹੈ, ਉਹ ਬਹੁਤ ਸਾਰੇ ਰਿਜ਼ੋਲਵ ਹੋ ਜਾਂਦੇ ਹੈ। ਪਿੱਛੇ ਜੇ ਅਸੀਂ ਫਾਜ਼ਿਲਕਾ 'ਚ ਵੀ ਲਾਇਆ, ਬਹੁਤ ਸਾਰੇ ਮੈਟਰੀਮੋਨੀਅਲ ਜਿਹੜੇ ਸੀਗੇ ਉਹ ਕੇਸਿਸ ਉੱਥੇ ਮੌਕੇ 'ਤੇ ਹੀ ਨਿਪਟਾਰਾ ਹੋ ਗਿਆ, ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ। ਇਸੇ ਤਰੀਕੇ ਦੇ ਨਾਲ ਅੱਜ ਵੀ ਇੱਥੇ ਜਿਹੜੇ ਉਹ ਆਪਸ ਦੇ ਵਿੱਚ ਕੋਸ਼ਿਸ਼ ਇਹੀ ਹੈ ਕਿ ਜਿਹੜੇ ਕੋਈ ਛੋਟੇ ਲੈਵਲ ਦੀਆਂ ਜਿਹੜੀਆਂ ਗੱਲਾਂ ਨੇ, ਕੋਈ ਮੈਟਰੀਮੋਨੀਅਲ ਹੈ ਉਹਨਾਂ ਨੂੰ ਰਿਜ਼ੋਲਵ ਕਰਕੇ ਉਹਨਾਂ ਦੇ ਘਰ ਵਸਾਏ ਜਾਣ ਔਰ ਜਿੱਥੇ ਕੋਈ ਭਰਾਵਾਂ ਦਾ ਕੋਈ ਝਗੜਾ ਜਾਂ ਕੋਈ ਛੋਟੀ ਮੋਟੀ ਪ੍ਰੋਪਰਟੀ ਦਾ ਜਾਂ ਕੋਈ ਹੋਰ ਹੈਗਾ ਉਹਨੂੰ ਰਿਜ਼ੋਲਵ ਕੀਤਾ ਜਾਵੇ ਔਰ ਜਿੱਥੇ ਕੋਈ ਕੇਸ ਰਜਿਸਟਰ ਕਰਨ ਦੀ ਲੋੜ ਹੈ ਜਾਂ ਜੋ ਵੀ ਕਾਨੂੰਨ ਦੇ ਮੁਤਾਬਕ ਜੋ ਕਾਰਵਾਈ ਕਰਨ ਦੀ ਲੋੜ ਹੈ ਅਤੇ ਉਹ ਅਸੀਂ ਇੱਥੇ ਹੀ ਪੜਤਾਲ ਕਰਕੇ ਸੁਣ ਕੇ ਤਾਂ ਕਿ ਉਹ ਚੀਜ਼ ਜਿਹੜੀ ਹੈ ਟਾਈਮਲੀ ਉਹਨਾਂ ਨੂੰ ਜਸਟਿਸ ਮਿਲ ਸਕੇ, ਉਹ ਸਾਰਾ ਉਪਰਾਲਾ ਕੀਤਾ ਗਿਆ ਔਰ ਇਹ ਬਹੁਤ ਖੂਬੀ ਇੱਥੇ ਲੋਕਾਂ ਨੇ ਆਪਣਾ ਇਹ ਕਰ ਰਿਹਾ। ਇਸ ਕੈਂਪ ਲਈ ਪੂਰੇ ਇੰਤਜ਼ਾਮ ਵੀ ਕੀਤੇ ਗਏ SSP ਸਾਹਿਬ ਵੱਲੋਂ, ਪੂਰੇ ਟੈਂਟ ਲਗਾ ਕੇ ਕਿਉਂਕਿ ਮੌਸਮ ਵੀ ਵੈਸੇ ਠੀਕ ਹੈਗਾ ਔਰ ਚਾਹ ਪਾਣੀ ਦਾ ਵੀ ਅਰੇਂਜਮੈਂਟ ਕੀਤਾ ਗਿਆ, ਪ੍ਰੋਪਰ ਕੁਰਸੀਆਂ ਵਗੈਰਾ ਤਾਂ ਕਿ ਇਹਨਾਂ ਨੂੰ ਪ੍ਰੋਪਰ ਸੁਣਿਆ ਜਾਵੇ, ਬਜਾਏ ਕਿ ਲੋਕ ਪੁਲਿਸ ਸਟੇਸ਼ਨ 'ਤੇ ਜਾਣ, ਕਿਸੇ ਹੋਰ ਆਫਿਸ ਜਾਣ। ਔਰ ਤੁਹਾਨੂੰ ਪਤਾ ਹੀ ਹੈ ਕਿ ਨੋਰਮਲੀ ਸਾਡੇ ਜਿਹੜੇ ਬਹੁਤ ਸਾਰੇ ਕੰਮਾਂ ਕਾਰਾਂ 'ਚ ਕਈ ਵਾਰੀ ਪੁਲਿਸ ਸਟੇਸ਼ਨ 'ਤੇ ਅਵੇਲੇਬਲ ਨਹੀਂ ਹੁੰਦੇ ਜਾਂ ਕੋਈ ਹੋਰ ਓਪਰੇਸ਼ਨ ਆ ਗਿਆ, ਸੋ ਅੱਜ ਦਾ ਦਿਨ ਅਸੀਂ ਇਸ ਕਰਕੇ ਹੀ ਕੱਢ ਲਿਆ ਕਿ ਅਸੀਂ ਸਾਰੇ ਬੈਠੇ ਹੈ, SSP ਸਾਹਿਬ ਵੀ ਬੈਠੇ ਹੈ, ਲੀਗਲ ਐਡਵਾਈਸ ਵੀ ਹੈਗੀ ਹੈ ਤਾਂ ਕਿ ਉਹ ਆਉਣ, ਤਾਂ ਕਿ ਉਹਨਾਂ ਵਾਸਤੇ ਹੀ ਅੱਜ ਕੰਸਨਟ੍ਰੇਟ ਕਰਕੇ ਔਰ ਕੰਪਲੇਂਟਸ ਨੂੰ ਡਿਸਪੋਜ਼ ਆਫ ਕੀਤਾ ਜਾਵੇ। ਸੋ ਮੈਨੂੰ ਇਸ ਦੀ ਬਹੁਤ ਵਧਾਈ ਦੇਣਾ SSP ਅਤੇ ਇਹਨਾਂ ਦੀ ਟੀਮ ਨੂੰ ਔਰ ਅੱਗੋਂ ਤੋਂ ਵੀ ਜਿਹੜੀ ਹੈ ਇਹੋ ਜਿਹੇ ਕੈਂਪ ਔਰਗਨਾਈਜ਼ ਕੀਤੇ ਜਾਣਗੇ ਤਾਂ ਕਿ ਜਿਹੜੀਆਂ ਲੋਕਾਂ ਨੂੰ ਜਿਹੜੀਆਂ ਇਹਨਾਂ ਦੀਆਂ ਜਿਹੜੀਆਂ ਕੰਪਲੇਂਟਸ ਨੇ ਉਹਨਾਂ ਨੂੰ ਅਰਲੀ ਔਰ ਟਾਈਮਲੀ ਜਿਹੜਾ ਉਹ ਡਿਸਪੋਜ਼ ਆਫ ਕੀਤਾ ਜਾਵੇ ਔਰ ਲੋਕਾਂ ਨੂੰ ਜਿਹੜਾ ਇਨਸਾਫ। ਸਰ, ਦੋ ਧਿਰਾਂ ਦੀ ਜੇ ਲੜਾਈ ਹੋਈ ਹੁੰਦੀ ਹੈ ਤਾਂ ਉਹ ਰਾਜਨਾਮਾ ਹੁੰਦਾ ਕਿ ਉਹ ਵੀ ਅੱਜ ਉਹਦੀਆਂ ਸੁਣਿਆ ਗਈਆਂ ਸੀ? ਉਹੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਸੀਗਾ ਕਿ ਦੋ ਧਿਰਾਂ ਜਿਹਦੇ ਵਿੱਚ ਰਾਜੀਨਾਮਾ ਹੋ ਸਕਦਾ ਉਸ ਰਾਜੀਨਾਮਾ ਕੀਤਾ, ਉਹਦਾ ਪ੍ਰੋਪਰ ਸਿਸਟਮ ਬਣਾ ਜਿਹੜਾ ਹੋ ਗਿਆ ਹੋਵੇ, ਜਿਵੇਂ ਰਾਜੀਨਾਮਾ ਦੋ ਧਿਰਾਂ ਦੇ ਵਿੱਚ ਲੜਾਈ ਹੋਈ ਹੋਵੇ ਤਾਂ ਉਹ ਉਸਦਾ ਵੀ ਡਿਸਪੋਜ਼ ਆਫ ਕੀਤਾ ਗਿਆ ਸਰ? ਹਾਂਜੀ, ਉਹ ਸਾਰੀਆਂ ਜਿਹੜੀਆਂ ਸੀ 300 ਕੰਪਲੇਂਟਸ ਜਿਹੜੇ ਜਿਹੜੇ ਬੰਦਿਆਂ ਦੇ ਰਾਜੀਨਾਮਾ ਹੋ ਗਏ ਜਾਂ ਜਿਹੜੇ ਵੀ ਉਹ ਉਸ ਪਹਿਲੂ ਦੇ ਵਿੱਚ ਆਏ ਉਹਨਾਂ ਨੂੰ ਅਸੀਂ ਰਿਜ਼ੋਲਵ ਕਰਾਂਗੇ।